ਇਹ ਬਹੁਤ ਵਧੀਆ ਅਭਿਆਸ ਹੈ ਜੋ ਕਿ ਪਛੜੇ ਹੋਏ ਇਲਾਕਿਆਂ ਵਿੱਚ ਵੀ ਕੀਤਾ ਜਾ ਸਕਦਾ ਹੈ। ਸਾਈਕਲ ਦੇ ਐਕਸਲ ਦੇ ਦੋਨੋਂ ਸਿਰਾਂ 'ਤੇ ਦੋ ਸਟ੍ਰਿੰਗ ਰੱਸੀਆਂ ਡੋਰੀਆਂ ਬੰਨੋ। ਇਸ ਨੂੰ ਇੱਕ ਪਾਸਿਓਂ ਲਟਕਣ ਨਾਲ ਇਹ ਕਛੂਏ ਵਾਂਗ ਲੱਗੇਗਾ। ਹੁਣ ਦੂਜੇ ਪਾਸਿਓਂ ਵੀ ਲਟਕਾਉਣ ਨਾਲ ਇਹ ਸਿੱਧਾ ਹੋ ਜਾਏਗਾ। ਹੁਣ ਇਸ ਨੂੰ ਇੱਕ ਜ਼ੋਰ ਨਾਲ ਘੁਮਾਓ। ਜਿਵੇਂ ਇਹ ਘੁੰਮਣ ਲੱਗ ਜਾਏਗਾ, ਇੱਕ ਡੋਰੀ ਛੱਡ ਦਿਓ। ਇਹ ਚੱਕਾ ਗਿਰਦਾ ਨਹੀਂ ਬਲਕਿ ਘੜੀ ਨੂੰ ਸੂਈ ਦੀ ਦਿਸ਼ਾ ਵਿੱਚ ਘੁੰਮਣ ਲੱਗਦਾ ਹੈ ਘੜੀ ਦੀ ਸੂਈ ਦੀ ਦਿਸ਼ਾ ਵਿੱਚ ਘੁੰਮਣ ਲੱਗਦਾ ਹੈ। ਜੇਕਰ ਦੂਜੇ ਸਿਰੇ ਦੀ ਰੱਸੀ ਤੋੜੀਏ ਤਾਂ ਇਹ ਵਿਪਰੀਤ ਦਿਸ਼ਾ ਵਿੱਚ ਘੁੰਮਦਾ ਹੈ। ਇਹ ਹੁਣ ਗੀਅਰੋਸਕੋਪ ਦੀ ਤਰ੍ਹਾਂ ਲੱਗਦਾ ਹੈ ਜੋ ਕਿ ਰੋਕੇਟ ਅਤੇ ਜਹਾਜ਼ ਵਿੱਚ ਕੰਮ ਆਉਂਦਾ ਹੈ। ਜਿਵੇਂ ਹੀ ਘੁੰਮਦਾ ਰੁਕ ਜਾਏਗਾ, ਇਹ ਫਿਰ ਸਿੱਧਾ ਹੋਰੀਜ਼ੈਂਟਲ ਹੋ ਜਾਏਗਾ ਅਤੇ ਰੁਕ ਜਾਏਗਾ। ਤੁਹਾਨੂੰ ਲੈਬ ਵਿੱਚ ਵਰਤਣ ਵਾਲੇ ਸਾਜੋ ਸਮਾਨ ਵਿੱਚੋਂ ਤੁਸੀਂ ਇੱਕ ਕੁੜੀ ਨੂੰ ਇਸ ਅਭਿਆਸ ਦਾ ਆਨੰਦ ਮਾਣਦੇ ਹੋਏ ਦੇਖ ਸਕਦੇ ਹੋ।